ला चाहिए यार। अमित हाँ जी हाँ मेरी गल सुन, जी, क्योंकि मैं ना हो तेन गल नहीं दसी सी भी उधर गल सब्जी जी। बीजनी है, भुल हाँ हाँ जाती हाँ वो है। तो मैंनू पता है, हाँ तो उन्हें मैनू सद्या सी, फिर मैं उधर तक जाना, फिर मानसा तो बीबू लेके आना उधर जाके। हाँ उधर तो जाने हैं। चलो ये गल तो मैं थोड़ी मान ली, गल करा हा नवा कुर्ता पजामा तो ला दो, उत्तो जुत्ती है खराब थोड़ी करने, गांह नू होर कोई बिहार आउंदे आ मूहरे आउंदी है दिवाली दशहरा उदो पाया जांदा गा, तुसां लैणे मैंने कपड़े पा के खेतां नू तुर पे। ਉਹ ਖੇਤ ਨਹੀਂ ਜਾਂਦਾ ਹੈਗਾ। ਕੱਲ ਜਦੋਂ ਉਧਰੋਂ ਸ਼ਗਨ ਤੋਂ ਆਇਆ ਨਾ, ਮੈਨੂੰ ਆਇਆ ਤਾਂ ਹੈਗਾ ਸੀ ਵੀ ਧੋਣ ਵਾਲਾ ਹੈਗਾ, ਚੱਲ ਇੱਕ ਦਿਨ ਹੋਰ ਪਾ ਲੈਂਦਾ, ਵੀ ਚਲੋ ਹੁਣ ਮਾਨਸਾ ਜਾਣਾ ਸੀਗਾ ਉਹਦੇ ਨਾਲ ਜਾਂਦਾ ਸੀਗਾ, ਮੈਂ ਚਲੋ ਇਹੀ ਪਾਲਣ ਆ ਕੇ ਧੋਦਾ, ਕਿਹੜਾ ਕੋਈ ਅੱਜ ਕੰਮ ਕਰਨਾ, ਫਿਰ ਆਉਣ ਸਾਰ ਲਾ ਦਿਓ ਪਹਿਲਾਂ। ਆ ਕੇ ਲਾ ਦੂੰਗਾ ਕੋਈ ਨਾ। ਚੱਲ ਮੇਰਾ ਤਾਂ ਛੱਡ, ਹਾਂਜੀ ਸ਼ਗਨ ਤਾਂ ਕੱਲ ਜਿੱਥੇ ਜਾਣਾ ਸੀ ਆਪਾਂ ਪੈ ਗਏ ਉੱਥੇ, ਦਾ ਟੌਰ ਜਿਹੜੀ ਕੱਢ ਲਈ ਬੱਕਰੀ, ਅੱਜ ਤੂੰ ਟੌਰ ਕੱਢ ਕੇ ਕਿੱਧਰ ਨੂੰ ਚੱਲੀ ਐ? ਇਹ ਤਾਂ ਜੀ ਮੈਂ ਤੁਹਾਨੂੰ ਦੱਸਣਾ ਹੀ ਭੁੱਲ ਗਈ, ਸ਼ਗਨ ਦੇ ਪ੍ਰੋਗਰਾਮ 'ਚ ਹਾਂ ਮੈਂ ਤਾਂ ਬੁਟੀਕ ਤੇ ਲੱਗ ਗਈ। ਉਹ ਯਾਰ ਬੁਟੀਕ ਤੇ ਫਿਰ ਘਰ ਵੀ ਦੇਖਣਾ ਹੁੰਦਾ, ਹੁਣ ਮੈਂ ਵੀ ਉਧਰ ਸਬਜ਼ੀ ਸਮਝੂਗਾ, ਤੂੰ ਇਧਰ ਕੱਪੜੇ ਸਿਉਣ ਜਾਇਆ ਕਰੇਂਗੀ ਕਿ ਖੇਤ ਜਾਇਆ ਕਰਾਂਗੇ ਆਪਾਂ? ਓਹੋ ਮੇਰੀ ਗੱਲ ਸੁਣੋ ਜੀ, ਉਹ ਤਾਂ ਤੁਸੀਂ ਸਾਹਮਣਾ ਹੂੰ ਕਿਹੜਾ ਤੁਸੀਂ ਖੇਤਾਂ 'ਚ ਮੈਨੂੰ ਲੈ ਕੇ ਜਾਂਦੇ ਹੋ, ਇਹ ਤਾਂ ਬੁਟੀਕ ਤੇ ਫਿਰ ਮੈਨੂੰ ਆਇਆ ਨਾ ਪਹਿਲੇ ਦਿਨ ਜਾਣਾ ਲਾਇਆ ਨਾ ਕਹਿੰਦੇ ਉਗਲੀ ਜੀ ਬਣ ਕੇ ਆ ਗਈ, ਮੈਂ ਤਾਂ ਵਧੀਆ ਕੱਪੜੇ ਲੀੜੇ ਪਾ ਕੇ ਤੇ ਆਹ ਥੋੜਾ ਜਿਹਾ ਮੇਕਅਪ ਜਿਹਾ ਤਾਂ ਆਪਾਂ ਹੁਣ ਖਰੀਦੇ ਸੀ ਸ਼ਗਨਾਂ ਤੇ ਜਾਣ ਵੇਲੇ ਉਹ ਕਰ ਲਿਆ, ਤੇ ਚੱਲ ਪਾਂਟੇ ਤਾਂ ਜਿਵੇਂ ਲਾ ਛੱਡ, ਹੀ ਨਹੀਂ ਗਏ। ਚੱਲ ਪਾਈ ਰੱਖ, ਐ ਤਾਂ ਕੀ ਐ ਹਾਂ ਦੱਸ, ਜੇ ਹੈਗੀ ਐ ਤਾਂ ਪਾਵਾਂਗੇ, ਕਿਹੜਾ ਗਾਹਾਂ ਸੋਨੇ ਦੇ ਲਈ ਫਿਰਦੀ ਐ। ਮੈਂ ਤੈਨੂੰ ਇਹ ਗੱਲ ਕਹਿੰਦਾ ਸੀਗਾ, ਹਾਂਜੀ ਮਾੜਾ ਜਿਹਾ ਧਿਆਨ ਨਾਲ ਕੰਮ ਕਰ ਲਈ, ਕਈ ਵਾਰੀ ਉਹੀ ਹੋਏਗਾ ਉੱਥੇ, ਕਈ ਵਾਰੀ ਕੱਪੜਾ ਮਹਿੰਗਾ ਹੁੰਦਾ, ਕਿਤੇ ਖਰਾਬ ਖਰੂਬ ਨਾ ਕਰ ਦੀ, ਆਪਣੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਹੈਗੇ ਵੀ ਜਿਹੜੇ ਦੇਈ ਚੱਲਾਂਗੇ। ਠੀਕ ਹੈ ਜੀ, ਆਪਦਾ ਕੋਈ ਧਿਆਨ ਨਾਲ ਨਹੀਂ ਕੰਮ ਕਰੀ, ਧਿਆਨ ਨਾਲ ਹੀ ਕਰੂੰਗੀ, ਤੇ ਤੁਸੀਂ ਆਉਣ ਸਾਰ ਬਸ ਕੱਪੜੇ ਲਾ ਦਿਓ ਤੇ ਫਿਰ ਮੈਂ ਧੋ ਕੇ ਪ੍ਰੈਸ ਕਰਕੇ ਸਾਂਭ ਦੇਣੇ ਆ। ਇੱਕ ਤਾਂ ਨਾ ਤੈਨੂੰ ਪਤਾ ਨਹੀਂ ਕੀ ਹੋ ਜਾਂਦਾ, ਦੱਸ ਹੋਰ ਸੰਭਾਲਾਂਗੇ, ਰੱਬ ਗਾਹ ਸਦਾ ਤਾਂ ਨਹੀਂ ਇਹੋ ਜਿਹੇ ਰੱਖੂਗਾ, ਕੁਛ ਅੱਜ ਦਾ ਦਿਨ ਆਇਆ ਤਾਂ ਹੋਰ ਸੰਭਾਲਾਂਗੇ। ਗੱਲਾਂ ਤਾਂ ਐਂ ਕਰਦੇ ਹੋ ਜਿਵੇਂ ਬਿਰਲੇ ਠਾਠ ਨਾਲ ਲੱਗਦੀ ਹੁੰਦੀ ਹੈ ਵੀ ਹੋਰ ਸੰਭਾਲਾਂਗੇ ਹੋਰ ਸੰਭਾਲਾਂਗੇ, ਗੱਲ ਤਾਂ ਇਹੀ ਕਰੀ ਜਾਂਦੇ ਆ ਵੀ ਆਹੀ ਤੇ ਇੱਕ ਕੁੜਤਾ ਚੱਲ ਪਜਾਮਾਗਾ। ਚੰਗਾ, ਆ ਕੇ ਮੈਂ ਧੋ ਕੇ ਦਾ ਪਾਣੀ ਕੱਢ ਕੇ ਟੰਗ ਦੂੰਗਾ, ਜੇ ਤੂੰ ਨਾ ਆਈ ਤੇ ਮੈਂ ਹੁਣ ਜਾਣਾ, ਲੇਟ ਹੋਈ ਜਾਣਾ। ਨਾ ਨਾ ਮੈਂ ਤਾਂ ਕਿਉਂ ਨਹੀਂ ਆਉਂਗੀ, ਮੈਂ ਤਾਂ ਟਾਈਮ ਨਾਲ ਹੀ ਮੁੜ ਆਉਂਗੀ, ਮੈਡਮ ਜੀ ਤਾਂ ਹੀ ਕਹਿੰਦੀ ਸੀ, ਕਹਿੰਦੀ 9 ਵਜੇ ਆ ਜੀ ਤੇ 5 ਵਜੇ ਨੂੰ ਘਰੇ ਭੇਜ ਦਿਆ ਕਰੂਗੀ, ਚੱਲ ਮੈਂ ਵੀ ਬਾਹਰ ਬੂਰ ਲਾ ਕੇ ਆਪਦੀ ਰੋਟੀ ਚੱਕ ਕੇ ਜਾਵਾਂ। ਲੈ ਆ ਜਾਂਦੀ ਹੈ ਮੀਤ, ਤਾਂ ਬੜੀ ਟੌਰ ਕੱਢੀ ਆ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ, ਮੈਂ ਇੱਧਰ ਕੰਮ ਜਾਂਦੀ ਸੀ ਭੈਣੇ, ਕੰਮ ਤੇ ਲੱਗੀ ਆ। ਨਾ ਨਾ ਕੋਈ ਨਾ, ਵਗ ਜਾ ਭੈਣੇ, ਕੰਮ ਤਾਂ ਮੈਂ ਤੈਨੂੰ ਕਾਹਨੂੰ ਟੋਕਦੀ ਆ। ਤੇ ਪੈ ਗਿਆ ਸ਼ਗਨ ਸੁਗਨ ਤੁਹਾਡੇ, ਸੋਹਣਾ ਪੈ ਗਿਆ? ਹਾਂ ਹਾਂ ਭੈਣੇ, ਸੋਹਣਾ ਪੈ ਗਿਆ ਸ਼ਗਨ, ਕੱਲ ਮੁੱਕ ਹਾਂ ਗਿਆ ਸੀ। ਨਹੀਂ ਆਹ ਕਿੱਥੋਂ ਨਾ, ਲਈ ਆਣੀ ਬਲਾਈ ਸੋਹਣੇ, ਇਹ ਤਾਂ ਭੈਣੇ ਉੱਥੋਂ ਲਈ ਸੀ 50 ਰੁਪਈਆਂ ਦੇ ਮੈਂ। 50 ਦੇ? ਹਾਂ ਮੇਲੇ ਜੇ ਚੋਂ ਲਈ ਸੀ, ਸਿਉਣੇ ਦੇ ਨਹੀਂ ਹੈਗੇ ਤਾਂ ਮੁੱਲ ਦੇ ਹੀ ਨਾ, ਹੋਣਗੇ ਮੈਨੂੰ ਜੇ। ਦਿਸ ਗਿਆ ਐ ਤਾਂ, ਸਿਉਣਾ ਤਾਂ ਹੁਣ ਪਤਾ ਹੀ ਹੈਗਾ ਕਿਹੜਾ ਸੀ ਸਿਉਣਾ ਨਹੀਂ ਪਾਇਆ, ਵੀ ਕੀ ਘੜਤ ਹੁੰਦੀ ਐ ਸਿਉਣੇ ਹਾਂ ਤਾਂ। ਹਾਂ ਹਾਂ ਸੋਹਣੇ ਆ, ਚੱਲ ਵਧੀਆ, ਸੂਟ ਵੀ ਸੋਹਣਾ ਸਿਉਂਤਾ ਤੇਰਾ ਕਿਰਨਾਂ ਨੇ, ਹੈਨਾ? ਹਾਂਜੀ। ਚੱਲ ਕੋਈ ਨਾ, ਤੇ ਮੈਂ ਤਾਂ ਐ ਕਹਿੰਦੀ ਸੀਗੀ ਤੈਨੂੰ, ਤੇਰੇ ਘਰ ਵਾਲੇ ਨੂੰ ਭੇਜ ਦੀ ਤੇਰੇ ਬਾਈ ਕੋਲੇ, ਠੀਕ ਆ? ਅੱਜ ਹੱਥ ਨੇ, ਹਾਂ ਹਾਂ ਅਸੀਂ ਸਪਰੇਅ ਕਰਾਉਣੀ ਆ, ਫਿਰ ਤੈਨੂੰ ਪਤਾ ਪਿੰਡ 'ਚ ਉਹੀ ਮਸ਼ਹੂਰ ਆ ਭੈਣੇ ਸਪਰੇਅ ਕਰਦੀ ਦਿਹਾੜੀ 'ਚ ਤਾਂ, ਉਹ ਦੂਜੇ ਤਾਂ ਤੈਨੂੰ ਪਤਾ ਨਸ਼ੇ ਪੱਤੇ ਵਾਲੇ ਉਹਦੀ ਕਹਿੰਦੇ ਮੈਨੂੰ ਚੜ ਗਈ, ਮੈਨੂੰ ਆਏ ਹੋ ਗਈ, ਨਿੰਬੂ ਪਾਣੀ ਭੇਜ ਦੋ ਫਲਾਨਾ, ਉਹਦਾ ਖਰਚਾ ਵੀ ਘੱਟ ਆ ਤੇ ਸੁਖਣਾ ਕੰਮ ਵੀ ਸੋਹਣਾ ਕਰਦਾ। ਉਹ ਤਾਂ ਠੀਕ ਹੈ ਭੈਣੇ, ਉਹ ਨਾ ਕਿਸੇ ਦੇ ਪੱਕੇ ਲੱਗ ਗਏ ਸੀਗੇ, ਮੈਂ ਤਾਂ ਕਹਿੰਦੀ ਸੀ ਵੀ ਸ਼ਾਇਦ ਉਹਨਾਂ ਤੋਂ ਨਾ ਆਇਆ ਜਾਵੇ। ਬਾਈ ਹੈਪੀ ਕੇ ਜਾਂਦਾ ਨਾ, ਸੁਨੇਹਾ ਲਾਏਗੀ ਭਾਈ ਮੈਂ ਆਪੇ ਕਰ ਦੂੰ, ਆਏ ਨਾ ਕਰਿਆ ਕਰੋ, ਜਦੋਂ ਤੁਹਾਨੂੰ ਕੋਈ ਦਿਹਾੜੀ ਮਿਲ ਜਾਂਦੀ ਨਾ ਮੋਰੋ ਨਖਰੇ ਨਾ ਕਰਿਆ ਕਰੋ, ਜਦੋਂ ਨਖਰੇ ਕਰਦੇ ਹੋ ਫਿਰ ਅਗਲਾ ਦਿਹਾੜੀ ਮੇਰੇ ਵਰਗਾ ਕਿਸੇ ਹੋਰ ਨੂੰ ਸੱਦ ਲੈਂਦਾ, ਆਪਦੀ ਰੋਟੀ ਚਾਹ ਵੀ ਲੱਤ ਮਾਰ ਦਿਓ ਤੁਸੀਂ। ਚੱਲ ਕੋਈ ਨੀ ਭੈਣੇ, ਮੈਂ ਸੁਨੇਹਾ ਲਾ ਦੂੰਗੀ। ਕੋਈ ਨਾ, ਹੱਥ ਨੇ 5 ਕੁ ਵਜੇ ਭੇਜ ਦੀ। ਚੰਗਾ ਭੈਣੇ, ਹਾਂ ਚੰਗਾ, ਬਗ ਜਾ ਆਪਦੇ ਕੰਮ, ਮੈਂ ਤਾਂ ਕੀ ਲੈਣਾ ਤੈਨੂੰ ਟੋਕ ਕੇ, ਜੇ ਇਹ ਜਣ ਦਿਹਾੜੀ ਦਿਨੇ ਨਹੀਂ। ਗੱਲ ਤੇ ਇਹ ਆ, ਮਾੜੀ ਜੀ ਗੱਲ ਹੁੰਦੀ ਆ ਸੱਚੀ, ਗਰੀਬ ਦਾ ਤਾਂ ਨਾ ਲੋਕ ਉਹੀ ਮਜ਼ਾਕ ਉਡਾਈ ਜਾਂਦੇ ਰਹਿੰਦੇ ਬਿਨਾਂ ਗੱਲ ਤੋਂ, ਰੱਬਾ ਆ ਗਰੀਬੀ ਵੀ ਨਾ ਕਦੇ ਕਿਸੇ ਨੂੰ ਨਾ ਦੇਈ ਜਿੰਨੀ ਸਾਨੂੰ ਦਿੱਤੀ ਆ। ਗੱਲਾਂ ਵੇਖ ਕਰਦੀ ਹੈ,
ਇੱਕ ਤਾਂ ਕੰਮ ਦਿੰਨੇ ਆ, ਉੱਤੋਂ ਨਖਰੇ ਦੇਖ ਕਰਦੀ ਜਿਵੇਂ ਕਿਤੇ ਇਹਦੇ ਘਰਾਂ ਵਾਲਾ ਸਮਾਏਦਾਰ ਲੱਗਿਆ ਹੁੰਦਾ। ਉਹ ਤਾਂ ਭੈਣੇ ਕਿਸੇ ਦੇ ਪੱਕਾ ਲੱਗ ਗਿਆ ਵੀ ਪੱਕੇ ਲੱਗਣ ਉਹਨੂੰ ਨੌਕਰੀ ਮਿਲ ਗਈ, ਕਰਨੀਆਂ ਦਿਹਾੜੀਆਂ ਸੌ ਸੌ ਨਖਰੇ ਹੈ। ਉਹੀ ਗੱਲਾਂ ਫਿਰ ਸੌਖੀ ਰੋਟੀ ਇਹਨਾਂ ਨੂੰ ਵੀ ਖਾਣੀ ਨੀ ਆਉਂਦੀ। ਚੱਲ ਮੈਂ ਕੀ ਲੈਣਾ, ਤੂੰ ਹਰਪ੍ਰੀਤ ਕੋਲੇ ਜਾ, ਮੈਂ ਤਾਂ ਕਿਰਨਾਂ ਕੋਲੇ ਆਪਦਾ ਸੂਟ ਫੜ ਕੇ ਲਿਆਉਣੀ ਆ ਮਣਾ। ਚੱਲ ਵੇ ਮਣਾ, ਨਸੀ ਸੱਚ ਗਗਨ, ਚੱਲ ਮਣਾ ਕਰਦੀ ਫਿਰਦੀ ਆ। ਹਰਪ੍ਰੀਤ ਦਾ ਤਾਂ ਘਰ ਵੀ ਆ ਗਿਆ ਹੈ, ਉਹ ਤਾਂ ਚੱਲ ਤੇਰੇ ਨਾਲ ਕੱਪੜੇ ਫੜਨ ਜਾਊਗੀ ਅੰਦਰ ਜਾਣ ਤੋਂ ਪਹਿਲਾਂ। ਇਹ ਤਾਂ ਕਹੂਗੀ ਮੈਂ ਵੀ ਮੀਤ ਨੂੰ ਲਾ ਕੇ ਸਫਾਈਆਂ ਕਰੂੰਗੀ ਮਣਾ, ਐਂ ਕਰੂੰਗੀ ਮੈਂ। ਮੀਤ ਹੱਟੀ ਘੱਟੀ ਆ ਹੈ, ਨਾਲੇ ਜਵਾਨ ਆ, ਉਹ ਤੋਂ ਜਾਲੇ ਜੱਪੇ ਸਾਰੇ ਸਫਾਈਆਂ ਕੋਠੇ ਛੱਤਾਂ ਤੋਂ ਪੜਛੱਤੀਆਂ ਮੈਂ ਚੜਵਾ ਲੂੰਗੀ। ਤੇ ਐਵੇਂ ਜੇ ਇਹਨਾਂ ਦੇ ਘਰੇ ਆਜੂ ਫਿਰ ਸਾਡੀ ਦੀਵਾਲੀ ਦੀ ਸਫਾਈ ਰਹਿ ਜੂ। ਮੈਂ ਇਹਨੂੰ ਕਹੂੰਗੀ ਵੀ ਤੂੰ ਚਾਚੀ ਗੇਬੋ ਨੂੰ ਲਾ ਲਈ, ਐਂ ਭਾਨੇ ਮਾਰ ਦੂਗੇ ਇਹਨੂੰ, ਨਵੀਂ ਨੂੰ ਕੀ ਆਉਂਦਾ। ਉਹ ਕਹਿੰਦੀ ਹੁੰਦੀ ਆ ਮੈਂ ਚੁੱਲ੍ਹਾ ਚੌਂਕਾ ਬਣਾਉਣਾ, ਉਹ ਸ਼ੌਂਕ ਹੈ ਨਾ ਚੁੱਲ੍ਹੇ ਚੌਂਕੇ ਦੀ। ਮੈਂ ਚੁੱਲ੍ਹੇ ਦੀ ਨਾ ਐਂ ਕਹਿ ਕੇ ਵੀ ਚਾਚੀ ਨੂੰ ਉਹਨੂੰ ਵਧੀਆ ਚੁੱਲ੍ਹੇ ਬਣਾਉਣੇ ਆਉਂਦੇ ਆ, ਐਂ ਕਹਿ ਕੇ ਉਹ ਕਿਸੇ ਹੋਰ ਨੂੰ ਲਾ ਲਊ ਤੇ ਵਧੀਆ ਮੈਂ ਇਹ ਤੋਂ ਮੀਤ ਤੋਂ ਕਰਾਉਣ ਸਫਾਈਆਂ ਮਣਾ। ਚੱਲ ਵੇ ਮਣਾ, ਇੱਕ ਤੀਰ ਨਾਲ ਕਹਿੰਦੇ ਦੋ ਦੋ ਸ਼ਿਕਾਰ। ਚੱਲ ਇਹਨੂੰ ਮੈਂ ਕਹਾਂ ਵੀ ਆ ਜਾ ਕੱਪੜੇ ਫੜਨ ਚੱਲ ਵੇ। ਕੰਮ ਵੀ ਬਾਹਲਾ ਹੀ ਆਇਆ ਪਿਆ ਗਾ ਹਨਾ, ਇੱਕ ਤਾਂ ਤਿਉਹਾਰ ਮੂਹਰੇ ਆਈ ਜਾਂਦੇ ਨੇਗੇ, ਇੱਕ ਵਿਆਹ ਸਾਡੀਆਂ ਦਾ ਸੀਜ਼ਨ ਆ। ਭੈਣੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਹੋਰ ਕਿਵੇਂ ਆ ਮੀਤ, ਠੀਕ ਆ? ਹਾਂ ਭੈਣੇ, ਹੁਣ ਤਾਂ ਮੈਂ ਠੀਕ ਆ। ਮੈਂ ਤਾਂ ਆਈ ਸੀ ਤੁਹਾਡੇ ਕੋਲੇ ਵੀ ਤੁਹਾਨੂੰ ਮੈਂ ਕਿਹਾ ਸੀ ਨਾ ਸਲਵਾਰਾਂ ਜਿਹੀਆਂ ਦੇ ਦਿਆ ਕਰਿਓ ਮੈਨੂੰ, ਤੇ ਜੇ ਹੈਗੀਆਂ ਤਾਂ ਮੈਨੂੰ ਫੜਾ ਦਿਓ। ਮੈਂ ਘਰੇ ਸਿਆ ਲਿਆ ਕਰੂੰ, ਮੇਰੇ ਕੋਲ ਨਾ ਹੱਥਾਂ ਵਾਲੀ ਮਸ਼ੀਨ ਆ ਦੂਜੀ, ਤੇ ਮੈਂ ਕਿਹਾ ਚੱਲ ਮੈਨੂੰ ਜਿਹੜੇ ਚਾਰ ਪੈਸੇ ਬਣਿਆ ਕਰਨਗੇ। ਇੱਕ ਭੈਣੇ ਮੈਨੂੰ ਐਂ ਦੱਸ ਦਿਓ ਵੀ ਇੱਕ ਸਲਵਾਰ ਦੇ ਮੈਨੂੰ ਕਿੰਨੇ ਰੁਪਈਏ ਦਿਆ ਕਰੋਗੇ ਤੁਸੀਂ? ਚੱਲ ਉਹ ਤਾਂ ਮੇਰੀ ਗੱਲ ਸੁਣ, ਬਾਅਦ ਦੀਆਂ ਗੱਲਾਂ ਨੇਗੀਆਂ, ਤੈਨੂੰ ਪਤਾ ਹੁਣ ਸੀਜ਼ਨ ਚੱਲਦਾ ਗਾ ਨਾ ਵਿਆਹ ਸ਼ਾਦੀਆਂ ਦਾ, ਮੇਰੇ ਕੋਲ ਨਾ ਕੰਮ ਬਹੁਤ ਹੈਗਾ। ਅੱਛਾ, ਤੂੰ ਉਹਦਾ ਕੰਮ ਬਾਅਦ ਚ ਕਰਾਂਗੇ, ਆਪਾਂ ਪਹਿਲਾਂ ਪ੍ਰੈਸ ਕਰ ਦੇ ਮੇਰੇ ਕੱਪੜਿਆਂ ਜਾਂ ਨੂੰ, ਉਹਦਾ ਜਿਹੜੀਆਂ ਉਦਣੇ ਨਹੀਂ ਸਹੀਆਂ ਗਗਨ ਹੋਣੀਆਂ, ਤੈਨੂੰ ਪਤਾ ਫਿਰ ਉਹ ਕਿਵੇਂ ਬੋਲਦੀਆਂ। ਹਾਂ ਹਾਂ ਮੈਂ ਜਾਣਦੀ ਹਾਂ, ਉਹਨਾਂ ਨੇ ਸੂਟ ਦਿੱਤੇ ਹੋਏ ਨੇ ਮੇਰੇ ਕੋਲੇ। ਹਾਂ ਉਹਨਾਂ ਨੇ ਸੂਟਾਂ ਨੂੰ ਪ੍ਰੈਸ ਕਰ ਦੇ ਫਟਾਫਟ, ਹਨਾ। ਮੇਰਾ ਨਾ ਗਵਾਂਢੀਆਂ ਦੇ ਘਰੇ ਨਾ ਉਹ ਸੂਟ ਦਿੱਤਾ ਹੋਇਆ ਗਾ, ਉਹਦੇ ਪਹੁੰਚੇ ਜੇ ਬਣਾਉਣੇ, ਮੈਂ ਉਹ ਫੜ ਲਿਆ ਵਾ। ਠੀਕ ਹੈ ਭੈਣੇ, ਕੋਈ ਨੀ, ਤੁਹਾਡੇ ਆਉਂਦੇ ਮੈਂ ਆ ਕਰਨੇ ਸਾਰੇ ਪ੍ਰੈਸ। ਹਾਂ ਹਾਂ ਹਾਂ, ਅੱਛਾ ਮੇਰਾ ਬਣਾਇਆ ਕਿ ਹਜੇ? ਇਹ ਬਣਾਇਆ ਪਿਆ ਗਾ ਤੇਰਾ। ਠੀਕ ਹੈ ਭੈਣੇ, ਕੋਈ ਨੀ, ਮੈਂ ਪ੍ਰੈਸ ਮਾਰ ਦਿੰਦੀ। ਹਾਂ ਹਾਂ ਕੋਈ ਨਾ, ਮੈਂ ਸੂਟ ਫੜ ਲਿਆ ਵਾ। ਠੀਕ ਹੈ ਠੀਕ ਹੈ ਭੈਣੇ। ਹਾਂ ਚੱਲ ਧਿਆਨ ਰੱਖੀ ਭੈਣ ਮਣ ਕੇ। ਕੋਈ ਨੀ ਕੋਈ ਨੀ ਭੈਣ, ਮੈਂ ਧਿਆਨ ਰੱਖੂ ਸਾਰੇ ਘਰ ਦਾ, ਤੂੰ ਜਾਇਆ ਦਵਾ ਦਵਾ। ਫਿਰ ਤੈਨੂੰ ਪਤਾ ਉਹ ਆ ਕੇ ਫਿਰ ਬੋਲਣ ਲੱਗ ਜਾਂਦੀਆਂ ਨੇ ਵੀ ਟਾਈਮ ਤੇ ਮੈਨੂੰ ਸੂਟ ਨਹੀਂ ਦਿੱਤਾ, ਆਇਆ ਜੇ ਆ ਬੋ ਆ, ਹਨਾ। ਹਾਂ ਫਿਰ ਉਦੋਂ ਪਹਿਲਾਂ ਮੈਂ ਫੜ ਲਿਆ ਵਾ। ਠੀਕ, ਕੋਈ ਨਾ ਜੀ ਕੋਈ ਨਾ, ਤੁਹਾਡਾ ਆਉਂਦਾ ਨੂੰ ਮੈਂ ਸਾਰੇ ਪ੍ਰੈਸ ਕਰ ਦੂੰਗੀ। ਚੱਲ ਆ ਵੀ ਸ਼ੁਕਰ ਆ ਮਾਲਕ ਦਾ ਜਿਹੜਾ ਮੈਨੂੰ ਕੰਮ ਮਿਲ ਗਿਆ, ਜਾਂਦੀ ਹੋਈ ਸਲਵਾਰਾਂ ਫੜ ਕੇ ਲੈ ਜੂੰਗੀ, ਪ੍ਰੈਸ ਕਰਾਈ ਦਾ ਵੀ ਮਾੜਾ ਮੋਟਾ ਕੁਛ ਤਾਂ ਮੈਨੂੰ ਦੇਊਗੀ। ਕਮੀਜ਼ ਜੀ ਤੇ ਲੱਗ ਜਾਣੀ, ਓਹੋ ਲੱਗ ਤਾਂ ਵਾਲਾ ਮੇਰਾ ਵੀ ਦਿਮਾਗ ਨਾ। ਆ ਜਾ ਦੀਦੀ, ਲਾਵੇ ਬਾਹਰ, ਫੜ ਕੇ ਲਈਏ ਸੂਟ ਆਪਾਂ। ਹੋਰ ਆਪਦੇ ਆਪ ਜਮਾ ਨੀ ਹੁੰਦਾ ਕਿਰਨਾਂ ਨੂੰ ਵੀ ਭਾਈ ਮੈਂ ਕੱਪੜੇ ਪਹੁੰਚਾ ਦਾ ਉਹਨਾਂ ਦੇ, ਪੈਸੇ ਲੈਣ ਮੇਰੇ ਤੁਹਾਡੇ ਕੰਨੀ ਇੰਨੇ ਹੋ ਗਏ, ਤੁਹਾਡੇ ਕੰਨੀ ਇੰਨੇ ਹੋ ਗਏ, ਐ ਕਰਨ ਲੱਗ ਜਾਂਦੀ ਆ। ਨੀ ਚੱਲ ਕੱਪੜੇ ਤਾਂ ਆਪਾਂ ਫੜ ਲਿਆਵਾਂਗੀਆਂ। ਹਾਂ ਤੇ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਸੀ। ਕੀ ਹੋ ਗਿਆ? ਮੈਂ ਤਾਂ ਕੁੜੇ ਘਰ ਦੀ ਸਾਫ ਸਫਾਈ ਕਰਵਾਉਣੀ ਸੀ, ਕੀ ਤੋਂ ਕਰਵਾਵਾਂ ਕਿ ਮੀਤ ਤੋਂ ਕਰਵਾ ਲਾਂ? ਲੈ ਕਹਿੰਦੀ ਮੀਤ ਤੋਂ ਕਰਾਵਾਂ, ਨੀ ਮੀਤ ਨੇ ਚੱਜ ਨਾਲ ਨੀ ਸਫਾਈ ਕਰਨੀ, ਕਿਸੇ ਪੁਰਾਣੀ ਆਂਟੀ ਨੂੰ ਲਾ ਪਿੰਡ ਚ ਭਾਲ ਕੇ, ਉਹ ਚਾਚੀ ਨੀ ਗੇਬੋ ਉਦੋਂ ਲਾਣਗੇ, ਉਹ ਤਾਂ ਬਲਾਈ ਸੋਹਣਾ ਕੰਮ ਕਰਦੀ ਹੈ, ਨਾਲੇ ਝਾੜ ਚੜਾਈ ਵਧੀਆ ਕਰੂਗੀ, ਨਾਲੇ ਮਿੱਟੀ ਲਵਾਲੀ ਉਹ ਤੁਹਾਡੇ ਪਿਛਲੇ ਪਾਸੇ ਕੱਚਾ ਗਾ ਜਿੱਧਰ ਚੌਂਕੇ ਕਰਨੀ, ਨਾਲੇ ਕੋਈ ਦੀਵਾਲੀ ਵੇਲੇ ਨਵਾਂ ਚੁੱਲ੍ਹਾ ਬਣਵਾ ਲਈ ਸੌਕਾ ਦੀ, ਨਵੇਂ ਚੁੱਲ੍ਹੇ ਤੇ ਰੋਟੀ ਰੁਟੀ ਖਵਾਏਗੀ ਬਣਾ ਕੇ। ਹਾਂ ਇਹ ਤਾਂ ਗੱਲ ਤੇਰੀ ਠੀਕ ਹੈ, ਇਹਨੂੰ ਕੀ ਆਉਂਦਾ ਗਾ? ਪਾਂਡੋ ਮਿੱਟੀ ਦੀ ਤਾਂ ਮੈਂ ਟਰਾਲੀ ਮੰਗਾ ਛੱਡੀ ਹੈ, ਉਹ ਜੱਗਾ ਸਾਡੇ ਕੰਮ ਨੀ ਕਰਦਾ, ਜੱਗਾ ਲੈ ਆਇਆ ਤੇ ਪਰ ਉਹ ਮੈਨੂੰ ਆਏ ਆ ਇੱਕ ਦਿਹਾੜਾ ਹੋਰ ਮਿਲ ਜਾਂਦਾ ਤੇ ਨਾ ਉਹ ਕਿਤੇ ਬੰਟੂ ਆਇਆ ਹੁਣ।
ਲੈ ਅਕੇ ਨਾ ਕਿਤੇ ਬੰਟੂ ਆਇਆ ਗਾ, ਨਾਲੇ ਉਹ ਤੁਹਾਡੇ ਤੂੰ ਕਹਿੰਦੀ ਓਹਦੇ ਸਪਰੇਅ ਨੂੰ ਕੀ ਕਰਤੀ ਓਹਦੇ ਨਾਲ ਓਹੀ ਗੱਲ ਵੀ ਮੋੜਤਾ ਸੀ ਕਿਸੇ ਹੋਰ ਨੂੰ ਲਾ ਲਿਆ। ਨਹੀਂ ਉਹ ਤਾਂ ਚੱਲੀ ਜਾਂਦਾ ਹੈ ਪਰ ਲਗਾਤਾਰ ਨੀ ਨਾ ਕੰਮ ਕਰਦੇ, ਜੇ ਲਗਾਤਾਰ ਕੰਮ ਕਰਨ ਫਿਰ ਸੌਖੇ ਨਾ ਰਹਿਣ। ਨੀ ਸੌਖੇ ਕਾਹਦੇ ਰਹਿਣ, ਮੇਰੀ ਗੱਲ ਸੁਣ, ਇਹ ਵੀ ਢਿੱਲਾ ਮਿੱਠਾ ਜੀ ਰਹਿੰਦਾ ਗਾ, ਰੋਜ਼ ਤਾਂ ਦਵਾਈ ਲੈਣ ਤੁਰਿਆ ਫਿਰਦਾ ਰਹਿੰਦਾ, ਕਿਹਦੇ ਕਿਸੇ ਪੈਸੇ ਲਾਉਣਗੇ ਇਹ, ਕੀ ਕੰਮ ਕਰੂਗਾ, ਊ ਤਾਂ ਦੇਖਣ ਨੂੰ ਹੱਟਾ ਘੱਟਾ ਤਾਂ ਬਥੇਰਾ ਹੈਗਾ, ਪਰ ਪਤਾ ਨੀ ਕਾਹਤੋਂ ਕਹਿੰਦਾ ਮੈਂ ਬਿਮਾਰ ਹੋ ਗਿਆ, ਮੈਂ ਬਿਮਾਰ ਹੋ ਗਿਆ। ਚੱਲ ਕੋਈ ਨਾ, ਆਪਾਂ ਤਾਂ ਕੱਪੜੇ ਫੜ ਲਏ, ਅੱਗੇ ਨੀ ਆਪਾਂ ਤਾਂ ਗੱਲੀ ਲੱਗ ਗਏ। ਹਾਂ ਚੱਲ ਆ ਜਾ। ਪ੍ਰੈਸ ਤੱਕੀ ਕਿਉਂ ਨੀ ਹੋ ਰਹੀ, ਕਿਹੋ ਜਿਹੀ ਪ੍ਰੈਸ ਆ, ਮੈਨੂੰ ਤਾਂ ਇਹ ਚਲਾਉਣੀ ਵੀ ਨੀ ਆਉਂਦੀ, ਕੋਈ ਹਿਸਾਬ ਹੀ ਨੀ ਆ ਰਿਹਾ ਇਹਦਾ। ਭੈਣੇ ਕਿਰਨਾ ਕਰੀ ਹੈ? ਉਹ ਤਾਂ ਹੈ ਨੀ ਦੀਦੀ, ਕਿਵੇਂ ਸੀ? ਮੇਰਾ ਸੂਟ ਸੀਗਾ। ਅੱਛਾ ਹਾਂ, ਤੁਹਾਡਾ ਸੂਟ ਸੀਗਾ, ਹੁਣ ਆਏ ਤਾਂ ਮੈਨੂੰ ਪਤਾ ਨੀ ਕਿਹੜਾ ਹੈਗਾ ਤੁਹਾਡਾ, ਹਨਾ ਇਹਦੇ ਵਿੱਚੋਂ, ਤੇ ਉਹ ਤਾਂ ਨਾ ਇੰਟਰਲੋਕ ਕਰਾਉਣ ਗਏ ਆ ਕੋਈ ਕੱਪੜੇ, ਮੈਨੂੰ ਲੱਗਦਾ ਉਹਨਾਂ ਦੇ ਵਿੱਚ ਹੀ ਤੁਹਾਡਾ ਹੋਊਗਾ। ਤੇ ਨਹੀਂ, ਇਹਨਾਂ ਚ ਤਾਂ ਦੀਦੀ ਮੇਰਾ ਹੈ ਨੀ ਗਾ। ਹੈ ਨੀ ਗਾ ਇਹਨਾਂ ਚੋਂ? ਕੋਈ ਨੀ ਹੈਗਾ। ਫਿਰ ਉਹ ਇੰਟਰਲੋਕ ਕਰਾਉਣ ਗਏ ਆ, ਤੇ ਤੁਹਾਨੂੰ ਪਤਾ ਹੀ ਹੈ ਜਿਹਦੇ ਘਰੋਂ ਇੰਟਰਲੋਕ ਕਰਾਉਂਦੇ ਜਾਂ ਕਿਹਦੇ ਗਏ ਨੇਗੇ? ਉਹ ਸੀਤੋ ਤਾਈ ਕੇ ਗਏ ਆ। ਅੱਛਾ ਹਾਂ, ਤੇ ਜਾਂ ਤਾਂ ਫਿਰ ਉਧਰ ਦਿਨ ਕਾਲੀ ਸੀਗੀ, ਮੈਂ ਨਾ ਪਿੰਡ ਜਾਣਾ ਸੀਗਾ। ਅੱਛਾ, ਇਸ ਕਰਕੇ ਨਾ ਮੈਂ ਜਲਦੀ ਲੈਣ ਆਈ ਸੀਗੀ। ਚਲੋ ਕੋਈ ਗੱਲ ਨੀ, ਮੈਂ ਉਧਰੋਂ ਉਹਨਾਂ ਦੇ ਘਰੋਂ ਫੜ ਕੇ ਲੈ ਜਾਂਦੀ ਹਾਂ। ਹਾਂਜੀ, ਫਿਰ ਸੀਤੋ ਤਾਈ ਕੇ ਫੜ ਕੇ ਲੈ ਜਾਓ, ਉਧਰ ਗਏ ਆ ਉਹ। ਠੀਕ ਹੈ ਜੀ, ਉਹਨਾਂ ਚ ਹੀ ਹੋਊ ਤੁਹਾਡਾ ਕੱਪੜਾ। ਹੋਰ ਚੱਲ ਆਪੇ ਫੜ ਲੈਣਗੇ, ਮੈਂ ਵੀ ਦੇਖਾਂ ਪ੍ਰੈਸ ਤੱਤੀ ਹੋਊਗੀ। ਹਾਏ ਹਾਏ, ਆਹ ਕੀ, ਇਹ ਤਾਂ ਕੱਪੜਾ ਇਕੱਠਾ ਹੋ ਗਿਆ, ਤੱਤਾਈ ਵਾਲਾ ਹੋ ਗਿਆ। ਹਾਏ ਹੁਣ ਕੌਣ ਆ ਗਿਆ? ਹਾਏ ਭੈਣਾਂ, ਲੈ ਨੀ ਤੂੰ ਕੀ ਕਰਦੀ ਆ, ਤੂੰ ਤਾਂ ਜਮੀ ਚੋਰ ਨੀ ਆ, ਹੈ ਚੋਲਟਰੀ ਕੀ ਚੱਕਿਆ ਇਹਦੀ ਦੁਕਾਨ ਚ, ਮੋਜਾਂ ਨਾਲ ਉਹਦੀ ਫੂਲਾ ਖਾਲੀ ਕਰੀ ਜਾਂਦੀ, ਦਰਾਜਾਂ ਦੀ ਖੜੀ ਕਿਰਨਾ ਕਿੱਥੇ ਆ? ਨਹੀਂ ਨਹੀਂ ਭੈਣੇ, ਮੈਂ ਕੋਈ ਚੋਰ ਨੀ, ਨੀ ਕੋਈ ਇਸ ਨੀ ਚੱਕਿਆ ਹੈਗਾ, ਉਹ ਤਾਂ ਸੀਤੋ ਤਾਈ ਕੇ ਗਈ ਆ, ਮੈਂ ਤਾਂ ਨਾ ਉਹਦੇ ਕੋਲ ਕੰਮ ਤੇ ਲੱਗੀ ਹੈਗੀ। ਲੈ ਨੌਕਰੀ ਤੇ ਲੱਗ ਗਈ, ਨੌਕਰੀ ਤੇ ਲੱਗ ਗਈ ਤੋਰੀ ਤੇ, ਤੇ ਕਦੋਂ ਘੁਮਾਉਗੀ, ਕੀ ਕਹਿ ਕੇ ਗਈ ਆ? ਉਹ ਤਾਂ ਨਾ ਇੰਟਰਲੋਕ ਕਰਾਉਣ ਗਏ ਹੋਏ ਆ। ਇੰਟਰਲੋਕ ਕਿਹੜਾ ਬਾਹ ਮਚਾਤੀ? ਆ ਤਾਂ ਬਾਹ ਮਚਾਤੀ, ਤਾਂ ਮੇਰਾ ਮਹਿੰਗਾ ਸੂਟ ਸੀ, ਕੁੜ ਗਿਆ, ਆ ਕੀ ਕਰਤਾ? ਭੈਣੇ ਇਹ ਨਾ ਮੈਂ ਜਾਣ ਕੇ ਨੀ ਮਚਾਈ, ਨਾਲੇ ਨਾ ਥੋੜਾ ਜਿਹਾ ਸੇਕ ਹੀ ਲੱਗਿਆ ਗਾ, ਬਾਲਾ ਨਹੀਂ ਮਚਾ। ਥੋੜਾ ਜਿਹਾ ਸੇਕ, ਥੋੜਾ ਲੱਗਿਆ ਸੇਕ, ਤੈਨੂੰ ਦੀਦਾ ਨਹੀਂ, 3500 ਦਾ ਸੂਟ ਬਣਿਆ ਇਹ, ਪਿਓਰ ਕਾਟਨ ਦਾ ਗਾ ਨਾਲੇ। ਭੈਣੇ ਮੈਂ ਕਿਹੜਾ ਜਾਣ ਕੇ ਲਾਇਆ, ਉਹ ਨਾ ਪ੍ਰੈਸ ਦਾ ਮੈਨੂੰ ਹਿਸਾਬ ਨਹੀਂ ਸੀਗਾ। ਹਿਸਾਬ ਨਹੀਂ ਸੀ ਫਿਰ ਕੰਮ ਤੇ ਕਿਉਂ ਲੱਗੀ, ਉਹੀ ਗੱਲ ਸ਼ੌਂਕ ਵੱਡੇ ਵੱਡੇ ਰੱਖਣੇ, ਤੇ ਅਕਲ ਫਕਲ ਹੈ ਨਹੀਂ ਗੀ ਤੈਨੂੰ, ਸੁਰਖੀਆਂ ਤਾਂ ਆਏ ਨਾਲ ਆ ਕੇ ਜਿਵੇਂ ਡਿਊਟੀ ਤੇ ਲੱਗੀ ਹੁੰਦੀ ਹੈ, ਬਣ ਠਣ ਕੇ ਤਾਂ ਆਏ ਆਈ ਆ ਜਿਵੇਂ ਸਰਕਾਰੀ ਨੌਕਰੀ ਤੇ ਲੱਗੀ ਹੁੰਦੀ ਹੈ। ਹਾਂ ਭੈਣੇ, ਤਾਂ ਮੈਨੂੰ ਆਏ ਸੀ ਨਾ ਵੀ ਲੋਕ ਇੱਥੇ ਆਉਂਦੇ ਜਾਂਦੇ ਰਹਿੰਦੇ ਤਾਂ ਕਰਕੇ ਦੇਖੀ ਮੇਰੀ ਗੱਲ ਸੁਣੋ, ਕੋਈ ਨੀ ਆਹ ਮੈਂ ਨਾ ਸਹੀ ਕਰ ਦਿੰਦੀ ਹਾਂ ਦੁਬਾਰੇ ਪ੍ਰੈਸ ਮਾਰ ਕੇ, ਮੈਂ ਤਾਂ 3500 ਨਹੀਂ ਦਿੱਤਾ ਦੇਣ ਨੂੰ। ਨੀ ਤੂੰ ਤਾਂ ਕਿੱਥੋਂ ਦੇਵੇਂਗੀ ਮੈਨੂੰ ਪਤਾ ਵੀ ਤੇਰੇ ਕੋਲ ਕਿੱਥੋਂ 3500 ਕਿਰਨਾਂ ਨੂੰ ਸੱਦੜੀ, ਮੈਂ ਉਹ ਤੋਂ ਲੈ ਜੂ ਪੈਸੇ ਤੇਰੇ। ਹਾਏ ਭੈਣੇ ਮੇਰੀ ਗੱਲ ਸੁਣ, ਗਲਤੀ ਤਾਂ ਮੈਥੋਂ ਹੋਈ ਆ, ਤੇ ਹਰ ਜਰਨਾ ਕਿਰਨਾ ਭੈਣ ਭਰੇ ਉਹਨੇ ਤਾਂ ਵਿਚਾਰੀ ਨੇ ਮੈਨੂੰ ਕੰਮ ਤੇ ਰੱਖਿਆ,
ਤੇ ਉਹ ਤਾਂ ਕਿੱਥੋਂ ਭਰ ਦੇਣਗੇ ਪੈਸੇ, ਗਲਤੀ ਜੋ ਮੇਥੋਂ ਹੋਈ ਆ। ਮੈਂ ਆਪੀ, ਮੈਨੂੰ ਤੁਸੀਂ ਐਂ ਦੱਸੋ ਵੀ ਮੈਂ ਹੁਣ ਕੀ ਕਰ ਸਕਦੀ ਆ। ਮੇਰੀ ਗੱਲ ਸੁਣ, ਇੱਕ ਨੁਕਸਾਨ ਕੀਤਾ, ਇੱਕ ਆਪਾਂ ਤੋਂ ਪੁੱਛਦੀ ਆ ਵੀ ਮੈਂ ਕੀ ਕਰਾਂ, ਜਦੋਂ ਗਲਤੀ ਤੂੰ ਕੀਤੀ ਤੂੰ ਹਰਜਾਨਾ ਭਰੇਗੀ। ਪਰ ਇੱਕ ਗੱਲ ਆ, ਆ ਗਰੀਬਾਂ ਜਾਂ ਨੂੰ ਨਾ ਗੱਲਾਂ ਤਾਂ ਬਾਹਰ ਦਾ ਪੁੱਛ ਪੁੱਛ ਕੇ ਕਰਨਾ ਆਉਂਦੇ ਹੁੰਦੇ ਵੀ ਸਾਡੇ ਗੱਲਾਂ ਚ ਆ ਜਾਣਗੇ। ਮੈਂ ਤਾਂ 3500 ਲੈਣਾ, 3500 ਪੂਰਾ। ਨੀ ਮੇਰੀ ਗੱਲ ਸੁਣ, ਇਹ ਤਾਂ ਹੁਣ ਕਿੱਥੋਂ ਦੇਊਗੀ? ਇਹਦਾ ਬੰਦਾ ਹੈਗਾ, ਉਹ ਤੋਂ ਆਪਾਂ ਕੰਮ ਕਰਵਾਵਾਂਗੇ। ਮਹੀਨਾ ਤੂੰ ਕਰਵਾਈ ਕੰਮ, ਮਹੀਨਾ ਮੈਂ ਕਰਵਾਉ। ਉਹ ਤਾਂ ਨਾ ਬੰਦਿਆਂ ਦੀਆਂ ਰਹਿ ਗਈਆਂ ਗੱਲਾਂ, ਮੁੜ ਕੇ ਆਪਣੇ ਬੰਦਿਆਂ ਤੱਕ ਗੱਲ ਪਹੁੰਚ ਜੂ, ਘਰੇ ਕਲੇਸ਼ ਹੋ ਜੂਗਾ ਭੈਣੇ। ਮੈਂ ਤਾਂ ਆਪਦੇ ਸੂਟ ਦਾ ਹਰਜਾ ਕਰਦਿਆਂ, ਮੈਨੂੰ ਪਤਾ ਵੀ ਮੈਂ ਕਿਵੇਂ 500-500 ਕਰਕੇ ਜੋੜਿਆ। ਮੈਂ ਤੇ ਇਸੇ ਤੋਂ ਲੈਣੇ ਆੜ ਗਏ, ਮੈਂ ਇਹਦੇ ਬੰਦੇ ਤੱਕ ਕੀ ਲੈਣਾ? ਕੋਈ ਨੀ ਭੈਣੇ, ਮੇਰੀ ਗੱਲ ਸੁਣੋ, ਕੋਈ ਨੀ, ਮੈਂ ਔਖੀ ਸੌਖੀ ਫਿਰ ਤੁਹਾਨੂੰ, ਜੇ ਤੁਸੀਂ 500-500 ਕਰਕੇ ਜੋੜਿਆ ਮੈਂ 100-100 ਕਰਕੇ ਮੋੜ ਦੂੰਗੀ। ਆਟੋਮੈਟਿਕਲੀ ਪ੍ਰੈਸ ਆ ਗਈ, ਤੂੰ ਅਗਲੀ ਨੂੰ ਪੁੱਛ ਦੱਸ, ਤੂੰ ਆ ਕੇ ਮੈਂ ਕੰਮ ਤੇ ਲੱਗ ਗਈ। ਮਹੀਨਾ ਪੂਰਾ ਹੋਣਾ ਨੀ, ਤੂੰ ਕਹਿਣਾ ਤੂੰ ਪੈਸੇ ਮੰਗ ਕੇ ਖੜ ਜਾਏਗੀ, ਨੁਕਸਾਨ ਤੂੰ ਅਗਲੇ ਦਾ ਭਰ ਨੀ ਸਕਦੀ। ਭੈਣੇ ਮੈਂ ਤੁਹਾਡੇ ਮੂਹਰੇ ਹੱਥ ਬੰਨਦੀ ਆ, ਪਲੀਜ਼ ਤੁਸੀਂ ਨਾ ਚੁੱਪ ਕਰ ਜਾਓ। ਕਿਰਨਾ ਭੈਣ ਨੂੰ ਆਹ ਨਾ ਦੱਸਿਓ, ਉਹਨੇ ਤਾਂ ਮੈਨੂੰ ਕੰਮ ਤੇ ਰੱਖਿਆ, ਮੈਨੂੰ ਕੰਮ ਤੋਂ ਕੱਢ ਦੂਗੀ। ਅਸੀਂ ਮੂੰਹ ਕਿਉਂ ਬੰਦ ਰੱਖਗੇ? ਤੈਨੂੰ ਕੰਮ ਕਰਨਾ ਨਹੀਂ ਆਉਂਦਾ, ਤੂੰ ਲੱਗੀ ਕਿਉਂ ਐਦੂ? ਤਾਂ ਕਿਸੇ ਦੇ ਝਾੜੂ ਪੋਚੇ ਤੇ ਲੱਗ ਜਾਂਦੀ ਤੇ ਆਹ ਕੰਮ ਤੈਨੂੰ ਆਹੀ ਸੁੱਝਿਆ? ਕੰਮ ਤਾਂ ਤੂੰ ਬੜਾ ਸਰਦਾਰੀ ਭਾਲ ਲਿਆ, ਕਿਉਂ ਤੈਨੂੰ ਕਰਨਾ ਨੀ ਆਇਆ? ਮੇਰੀ ਗੱਲ ਸੁਣਾ, ਜੇ ਇਹ ਕਹਿੰਦੀ ਵੀ ਤੁਸੀਂ ਚੁੱਪ ਵੱਟ ਲਓ, ਹੁਣ ਆਪਣਾ ਆਪਦਾ ਹਰਜਾਨਾ ਵੀ ਭਰਾ ਲੈਣੇ ਆ, ਦੁੱਧ ਦੁੱਗਣਾ ਕਰਕੇ ਕਢਾਵਾਂਗੇ, ਆਪਾਂ ਨੂੰ ਵੀ ਕਿਹਨੇ ਜਾਣਨਾ ਵੀ ਆਪਾਂ ਵੀ ਆ। ਮੇਰੀ ਗੱਲ ਸੁਣਾ, ਜੇ ਤੂੰ ਇਹ ਮੰਨਦੀ ਆ ਵੀ ਸਾਡਾ ਇਹ ਖਰਚਾ ਭਰ ਦੇਗੀ, ਹਨਾ, ਚੱਲ ਕੋਈ ਨਾ, ਤਾਂ ਮੈਂ ਕੁਛ ਨਾ ਕੁਛ ਕਰਕੇ ਹਨਾ ਕਰੂੰਗੀ। ਹੁਣ ਭਾਈ ਜੋ ਨੁਕਸਾਨ ਕਰਤਾ, ਤੂੰ ਦੱਸ ਵੀ ਸਾਡੇ ਕੀ ਕਰ ਸਕਦੀ ਆ? ਮੈਂ ਤਾਂ ਭੈਣੇ ਕੀ ਕਰ ਸਕਦੀ ਆ, ਹੁਣ ਤੁਸੀਂ ਦੱਸ ਦੋ। ਮੈਂ ਤਾਂ ਇਹੀ ਕਰ ਸਕਦੀ ਆ, ਕਿਰਨਾ ਭੈਣ ਕੋਲ ਜੇ ਕੋਈ ਟੋਟਾ ਪਿਆ ਹੋਇਆ ਬਾਂਹ ਦੁਆਰੇ ਬਣਵਾ ਦੂੰਗੀ, ਹੋਰ ਤਾਂ ਮੈਂ ਕੀ ਕਰ ਸਕਦੀ ਆ? ਅੱਛਾ, ਬਾਂਹ ਤਾਂ ਬਾਂਹ ਸਾਡਾ ਵਿੱਚ ਹੀ ਹੈ ਗਿਆ। ਹਾਂ, ਬਾਕੀ ਨਾ ਲਵਾਏਂਗੀ, ਹੈ ਇਹ ਤਾਂ ਖਰਚਾ ਹੋ ਗਿਆ ਭਾਈ, ਖਰਾਬ ਹੋ ਗਿਆ। ਮੇਰੀ ਗੱਲ ਸੁਣ, ਸਵੇਰ ਦੁਕਾਨ ਤੋਂ ਆਉਣ ਤੋਂ ਪਹਿਲਾਂ ਸਾਡੇ ਸਾਰਾ ਗੋਹਾ ਕੂੜਾ ਕਰਕੇ ਆਉਣਾ ਪਿਆ ਕਰੂ, ਤੇ ਦਵਾਈ ਦੀਆਂ ਸਫਾਈਆਂ ਤੂੰ ਸਾਰੀਆਂ ਫ੍ਰੀ ਕਰਾਏਂਗੀ, ਠੀਕ ਆ? ਰਹਿੰਦਾ ਹੁੰਦਾ ਜਿਹੜੇ ਗਰਮੀ ਦੇ, ਜਿਹੜੇ ਮੈਂ ਤੈਨੂੰ ਕਹਿੰਦੀ ਸੀ ਨਾ ਵੀ ਮੈਂ ਤੈਨੂੰ ਪੈਸੇ ਦੇ ਦੂੰ, ਖੇਸ ਕੱਪੇ ਦਰੀਆਂ ਤੇ ਮੰਜੇ ਧੋ ਕੇ ਤੇ ਮੰਜਿਆਂ ਤੇ ਚਾਦਰਾਂ ਪੱਟ ਕੇ ਦੁਬਾਰੇ ਲਾ ਕੇ, ਸਾਰਾ ਕੰਮ ਤੂੰ 3500 ਚ ਕਰੇਂਗੀ। ਭਾਂਦੀ ਔਖੀ ਕਰੇ, ਭਾਂਦੀ ਸੌਖੀ ਕਰ, ਦੁਖਦਾ ਭਾਂਦੀ ਤੇਰਾ ਨਹੀਂ ਦੁਖਦਾ, ਤੈਨੂੰ ਇਹਨਾਂ ਦੇ ਆਉਣਾ ਪਊ। ਹਾਂ, ਕੋਈ ਗੱਲ ਸੁਣ, ਤੁਹਾਡੇ ਮਿੱਟੀ ਭਿਆਈ ਜਾਂਦਾ ਨਾ ਸੀਰੀ, ਉਹ ਸਾਰੇ ਕੋਠੇ ਤੇ ਇਹਨਾਂ ਤੋਂ ਲਵਾਉਣੀ ਆ। ਚੱਲ ਕੋਈ ਨੀ ਭੈਣੇ, ਮੈਂ ਜਿਹੜੇ ਕੰਮ ਤੂੰ ਕਹਿੰਦੀ ਆ ਨਾ ਉਦੋਂ ਦੁੱਗਣੇ ਕਰ ਦੂੰਗੀ। ਤੇ ਭੈਣੇ ਤੁਹਾਡੇ ਵੀ ਮੈਂ ਪੈਸੇ ਨਾ ਤੁਸੀਂ ਮੈਨੂੰ ਕਿਹਾ ਸੀ ਵੀ ਕੰਮ ਕਰਕੇ ਲਾ ਦੀ, ਮੈਂ ਤਾਂ ਦਿਨ ਰਾਤ ਇੱਕ ਕਰਕੇ ਕੰਮ ਕਰ ਲੂੰਗੀ। ਕਰਨੇ ਪੈਣਗੇ ਜਦੋਂ ਗਲਤੀ ਕੀਤੀ ਆ, ਭੁਗਤਣੀ ਪਊਗੀ। ਮੈਨੂੰ ਐਂ ਦੱਸ, ਸੁਰਖੀਆਂ ਪਾਊਡਰ ਲੈਣ ਵੇਲੇ ਤੇਰੇ ਕੋਲੇ ਪੈਸੇ ਕਿੱਥੋਂ ਆ ਜਾਂਦੇ? ਇਹ ਘੱਟ ਲੈ ਲੈਂਦੀ ਭੈਣੇ, ਤਾਂ ਬਾਲ ਤਾਂ ਵੇਖ ਨਹੀਂ। ਫਿਰ ਤਾਂ ਇਹ ਕਹਿ ਦਿੰਦੇ ਆ ਵੀ ਅਸੀਂ ਸਦਾ ਸੁਹਾਗਣਾ ਭੈਣੇ, ਵੀ ਸੁਹਾਗ ਦਾ ਲਾਉਣਗਾ, ਟੌਰ ਤਾਂ ਕੱਢਣੀ ਅਮੀਰਾਂ ਵਾਂਗੂ, ਤੇ ਘਰ ਰੱਖਿਆ ਨੀ ਕਰਦਾ। ਤੁਹਾਡੀ ਗੱਲ ਸੁਣਨੀ ਮੇਰੀ, ਫੇਰ ਕਹੇਗੀ ਸਾਡੀ ਗਰੀਬੀ ਦਾ ਮਜ਼ਾਕ ਉਡਾਉਂਦੀ ਆ। ਮੈਂ ਗਰੀਬੀ ਦਾ ਮਜ਼ਾਕ ਨਹੀਂ ਉਡਾਉਂਦੀ, ਆਹ ਸੂਟ ਨਾ ਜੇ ਤੈਨੂੰ ਐਂ ਆ ਵੀ ਮੇਰੀ ਮਾਲਕਣ ਨੂੰ ਨਾ ਦੱਸਣ ਤੇ ਮੈਂ ਨਹੀਂ ਦੱਸਦੀ ਕਿਰਨਾਂ ਨੂੰ, ਠੀਕ ਆ? ਤੈਨੂੰ ਸਾਡੇ ਕੰਮ ਕਰਨੇ ਪੈਣਗੇ, ਤੈਨੂੰ ਅੱਗ ਲਾ ਲਈ, ਤੂੰ ਹੀ ਪਾਣੀ ਹੁਣ। ਠੀਕ ਆ ਭੈਣੇ, ਕੋਈ ਨੀ, ਪਾ ਲੂੰਗੀ। ਪਾਉਣਾ ਪਊਗਾ ਨਾ, ਤੇਰੀ ਮਜਬੂਰੀ ਬਣ ਜੂਗੀ। ਨਾਲੇ ਮੇਰੀ ਗੱਲ ਸੁਣ, ਇੰਨੀਆਂ ਅਸੀਂ ਕੰਨਾਂ ਦੀਆਂ ਕੱਚੀਆਂ ਨੀ ਵੀ ਅਸੀਂ ਕਿਰਨਾਂ ਨੂੰ ਐਂ ਦੱਸ ਦਾਂਗੇ। ਹਾਂ, ਸਾਡੇ ਚ ਵੀ ਸਬਰ ਹੈਗਾ ਤੇ, ਪਰ ਤੇਰੇ ਚ ਸਬਰ ਨੀ ਨਾ,
ਕੋਈ ਨੀ ਭੈਣੇ, ਮੈਂ ਤਾਂ ਹਰਜਾਨਾ ਭਰਨ ਲਈ ਤਿਆਰ ਆ। ਮੈਂ ਤੁਹਾਨੂੰ ਕਹੀ ਜਾਂਦੀ ਆ ਮੈਂ ਕੰਮ ਕਰਾਇਆ ਕਰੂੰਗੀ। ਕੰਮ ਤਾਂ ਕਰਾਏਗੀ, ਉਹ ਤਾਂ ਤੇਰੀ ਸਜ਼ਾ ਹੈਗੀ, ਪਰ ਤੇਰੀ ਸਜ਼ਾ ਨਾਲ ਇਹ ਆ ਵੀ ਪੂਰੇ 3 ਸਾਲ ਭਵਾਂ ਦੀ ਮੀਂਹ ਆਵੇ, ਭਵਾਂ ਦੀ ਨੇਰੀ, ਭਵਾਂ ਦੀ ਬੁੱਲਾ, ਭਵਾਂ ਦੀ ਧੁੱਪਾ, ਭਵਾਂ ਦੀ ਛਾਂ, ਜੇ ਅਸੀਂ ਕਹਿੰਦਾ ਨਾ ਸਾਡੇ ਕੱਪੜੇ ਘਰੋਂ ਫੜ ਕੇ ਹਨਾ ਦੀਦੀ, ਤੇ ਇੱਥੋਂ ਤੱਕ ਤੂੰ ਲੈ ਕੇ ਆਉਣੇ ਆ। ਜਿਵੇਂ ਅਸੀਂ ਫਿਟਿੰਗ ਕਹਿਤੀ, ਲਾਈਨਿੰਗ ਕਹਿਤੀ, ਜਿਵੇਂ ਡਿਜ਼ਾਈਨ ਕਹਿਤਾ, ਉਹ ਤੇਰੀ ਜ਼ਿੰਮੇਵਾਰੀ ਹੈ 3 ਸਾਲਾਂ ਤੱਕ। ਜੇ ਇੰਨਾ ਵੀ ਖਰਾਬ ਆ ਗਿਆ ਨਾ, ਅਸੀਂ ਇਹਦੇ ਦੁੱਗਣੇ ਵਿਆਜ ਬਣਾਵਾਂਗੇ 3500 ਦਾ। ਹਾਂ ਨਾਲੇ ਸਾਨੂੰ ਪਤਾ ਵੀ ਹੱਡਾਂ ਚੋਂ ਕਿਵੇਂ ਕੱਢੀ ਦੇ ਹੁੰਦੇ ਆ। ਜਿਵੇਂ ਤੂੰ ਇਹਦਾ 3500 ਦਾ ਸੂਟ ਖਰਾਬ ਕੀਤਾ ਨਾ, ਇਹ ਤਾਂ ਤੂੰ ਪਾ ਵੀ ਨੀ ਸਕਦੀ ਸੀ। ਹੁਣ ਤੈਨੂੰ ਫ੍ਰੀ ਚ ਮਿਲ ਗਿਆ ਵੀ ਪਾ ਲਈ, ਨਾਲੇ ਦੇਖ ਲਈ ਮਹਿੰਗੇ ਸੂਟ ਪਾ ਕੇ ਕਿੰਨੀ ਟੌਹਰ ਬਣਦੀ ਹੁੰਦੀ ਆ, ਨਾਲੇ ਤੈਨੂੰ ਪਤਾ ਲੱਗ ਜੂ ਮਹਿੰਗੇ ਸੂਟਾਂ ਦੀ ਗ੍ਰੇਸ ਕਿੰਨੀ ਹੁੰਦੀ ਆ। ਚੱਲ ਕੋਈ ਨੀ ਭੈਣ, ਮੈਂ ਕਰਦੀ ਆ ਕੋਈ ਨਾ ਕੋਈ ਹੱਲ। ਨਾ ਮੇਰੀ ਗੱਲ ਸੁਣ, ਇਹ ਅਸੀਂ ਪੁੰਨ ਨੂੰ ਨੀ ਤੈਨੂੰ ਛੱਡ ਕੇ ਗਈਆਂ, ਅਸੀਂ ਨਾ ਬਸ ਸਾਨੂੰ ਮਾੜਾ ਮੋਟਾ ਤਰਸ ਆ ਗਿਆ। ਹਾਂ ਵੀ ਚੱਲ ਗਰੀਬਣੀ ਆ, ਆ ਸੂਟ ਪਾ ਕੇ ਦੇਖ ਲੂ, ਮਹਿੰਗਾ ਪਾ ਕੇ ਦੇਖ ਲੂ। ਹਾਂ ਨਾਲੇ ਮੇਰੇ ਕੰਨ ਖੋਲ ਕੇ ਗੱਲ ਸੁਣ, ਆ ਗਈ ਜਦੋਂ ਤੇਰੀ ਮਾਲਕਣ, ਉਹਨੂੰ ਕਹਿਦੀ ਵੀ ਹਰਪ੍ਰੀਤ ਤੇ ਗਗਨ ਆਈਆਂ ਸੀਗੀਆਂ ਤੇ ਆਪਦੀ ਗੱਲ ਲੁਕਾਉਣੀ ਹੋਈ ਲੁਕੋਲੀ ਸੂਟ ਦੀ, ਵੀ ਕੱਪੜਿਆਂ ਨੂੰ ਕਹਿ ਕੇ ਗਈਆਂ ਵੀ ਘਰੇ ਪਹੁੰਚਾ ਦੇ। ਜੋ ਕਹਿਣ ਲੱਗੀ ਨਾ ਵੀ ਤੂੰ ਕਿਉਂ ਫੜਾਇਆ ਮੈਂ, ਤਾਂ ਕਹਿਦੀ ਵੀ ਮੈਂ ਉਹਨਾਂ ਦੇ ਕੰਮ ਤੇ ਲੱਗੀ ਆ। ਬਾਕੀ ਜੇ ਮੇਰੀ ਗੱਲ ਸੁਣ, ਜੇ ਬਚਣਾ ਨਾ ਤੂੰ ਕਿਰਨਾ ਤੋਂ ਤੇ ਸਾਡੇ ਘਰੇ ਕੱਪੜੇ ਲੈ ਆਇਆ ਕਰ, ਤੇ ਅਸੀਂ ਇੱਥੇ ਆਉਂਦੀਆਂ ਨੀ, ਤੇਰੀ ਗੱਲ ਛਿਪੀ ਵੀ ਰਹੀ। ਹਾਂ ਕੋਈ ਨੀ ਭੈਣੇ, ਮੈਂ ਤੁਹਾਡੇ ਕੱਪੜੇ ਲੀੜੇ ਸਾਰਾ ਕੁਝ ਜਿਵੇਂ ਤੁਸੀਂ ਕਹਿਣਗੇ ਮੈਂ ਉਵੇਂ ਕਰ ਦੂੰਗੀ, ਤੇ ਕਿਰਨਾ ਭੈਣ ਨਾਲ ਮੈਂ ਆਪੇ ਆਪਦੇ ਹਿਸਾਬ ਨਾਲ ਗੱਲ ਕਰ ਲੂੰਗੀ। ਉਹਦਾ ਨੁਕਸਾਨ ਕੀਤਾ ਮੈਂ, ਕੰਡੇ ਜੀ ਵਾਲੀ ਚਾਹ ਪੀ ਲਿਆ ਕਰ, ਅੱਖਾਂ ਦਾ ਸਾਰਾ ਦਿਨ ਮੀਚੀ ਜਾਂਦੀ ਜਿਵੇਂ ਆਉਣੀ ਹੁੰਦੇ ਆ, ਅਜੇ ਨੀ ਕਿਹਾ ਗਗਨ ਪਚਣ ਲੱਗੇ ਕਿਉਂ ਚੱਲ ਚੱਲੇ ਕਿਉਂ ਮੱਥਾ ਮਾਰਿਆ ਇਹਨਾਂ ਨਾਲ। ਹਾਂ ਇਹ ਸੁਧਰ ਵਾਲੀ ਹੈ। ਹਾਏ ਮੇਰਾ ਰੱਬਾ, ਹੁਣ ਮੈਂ ਇੰਨੇ ਜ਼ਿਆਦਾ ਪੈਸਿਆਂ ਦਾ ਹੱਲ ਕਿੱਥੋਂ ਕਰੂੰਗੀ। ਚੱਲ ਕੋਈ ਨੀ, ਵੈਸੇ ਵੀ ਉਹਨਾਂ ਨੇ ਮੈਨੂੰ ਕਹੀ ਦਿੱਤਾ ਵੀ ਪੈਸਿਆਂ ਦਾ ਹੱਲ ਨਾ ਕਰੀ, ਸਾਡੇ ਘਰਾਂ 'ਚ ਆ ਕੇ ਕੰਮ ਕਰ ਲਿਆ ਕਰੀ। ਚੱਲ ਕੋਈ ਨੀ, ਦਿਨ ਰਾਤ ਇੱਕ ਕਰ ਲੂੰਗੀ ਗੱਲ ਕਰ, ਇਹਨਾਂ ਨੂੰ ਕੀ ਜਵਾਬ ਦਊਂਗੀ ਮੈਂ। ਇਹ ਮੈਨੂੰ ਪੁੱਛਣਗੇ ਵੀ ਤੂੰ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਫਿਰਦੀ ਹੈ, ਹਜੇ ਵੀ ਪੈਸਾ ਨਹੀਂ ਹੈਗਾ, ਫਿਰ ਉਹਨਾਂ ਨੂੰ ਵੀ ਕੀ ਜਵਾਬ ਦਊਂਗੀ। ਚੱਲ ਕੋਈ ਨੀ, ਅੱਜ ਜਾ ਕੇ ਨਾ ਮੈਂ ਬਾਂਟੂ ਨੂੰ ਦੱਸ ਹੀ ਦਿਊਂ ਵੀ ਜਿੱਥੇ ਮੈਂ ਕੱਪੜੇ ਸਿਆਉਣ ਲੱਗੀ ਸੀ ਨਾ, ਵੀ ਉੱਥੇ ਮੈਥੋਂ ਆਹ ਨੁਕਸਾਨ ਹੋ ਗਿਆ, ਕਿਉਂਕਿ ਘਰੇ ਤਾਂ ਗੱਲ ਮੈਨੂੰ ਦੱਸਣੀ ਪਊ, ਤੇ ਪੜਦਾ ਮੈਂ ਕਿਰਨਾ ਭੈਣ ਤੋਂ ਵੀ ਨਹੀਂ ਰੱਖਦੀ, ਉਹਨੂੰ ਵੀ ਦੱਸ ਦੂੰਗੀ ਵੀ ਭੈਣੇ ਮੇਰੇ ਤੋਂ ਨੁਕਸਾਨ ਹੋ ਗਿਆ, ਕਿਉਂਕਿ ਜਦੋਂ ਪਹਿਲੇ ਦਿਨ ਦੀ ਗਲਤੀ ਦਾ ਮੈਂ ਪੜਦਾ ਪਾ ਲਿਆ, ਤਾਂ ਇਹ ਤਾਂ ਫਿਰ ਇੱਕ ਤਰ੍ਹਾਂ ਦੀ ਮੈਂ ਚੋਰ ਹੋ ਗਈ, ਮੈਂ ਆਪਣੇ ਆਪ ਨੂੰ ਚੋਰ ਨਹੀਂ ਕਹਾਉਣਾ, ਗਰੀਬ ਜ਼ਰੂਰ ਹਾਂ। ਚੱਲ ਕੱਪੜੇ ਪ੍ਰੈਸ ਹੋਰ ਕਰਾਂ, ਇਹ ਤਾਂ ਮੱਚ ਗਿਆ ਮੈਥੋਂ, ਦੇਖਾਂ ਬਾਹਲੀ ਗਰਮ ਤਾਂ ਨਹੀਂ। ਬਾਪੂ ਜੀ, ਓਏ ਆ ਜਾ ਕੁੜੀਏ, ਮੈਂ ਤਾਂ ਤੁਹਾਡੇ ਘਰ ਕੰਨੀ ਆਉਂਦਾ ਸੀਗਾ, ਚੰਗਾ ਹੋ ਗਿਆ ਤੂੰ ਆ ਗਈ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਭਾਈ, ਹੋਰ ਕਿਵੇਂ, ਠੀਕ ਠਾਕ ਹੋ? ਹਾਂਜੀ ਬਾਪੂ ਜੀ ਠੀਕ ਠਾਕ ਵਧੀਆ। ਬਾਪੂ ਜੀ ਮੈਂ ਤਾਂ ਨਾ ਤੁਹਾਡੇ ਕੋਲ ਕੰਮ ਆਈ ਸੀ ਇੱਕ। ਕਿਵੇਂ ਪੁੱਤ? ਮੈਂ ਕਹਿੰਦੀ ਸੀ ਐਤਕੀ ਲੱਗੇ ਨਹੀਂ ਹਜੇ ਨਰਮਾ ਚੁਗਣਾ। ਉਹੀ ਤਾਂ ਤੈਨੂੰ ਮੈਂ ਕਹਿੰਦਾ, ਮੈਂ ਤੁਹਾਡੇ ਘਰ ਕੰਨੀ ਆਉਂਦਾ ਸੀ, ਨਰਮੇ ਪਏ ਹੋ ਤੜਕ ਜੀ। ਅੱਛਾ ਜੀ। ਵੀ ਟੋਕੀ ਪਈ ਸੀ ਆਪਣਾ, ਮੈਂ ਕਿਹਦੇ ਨਾਲ ਤੈਨੂੰ ਮਿਲਾਂ ਨਹੀਂ ਸੀ ਵੀ ਅੱਗੇ ਵੀ ਹੁਣ ਤੁਸੀਂ ਕੰਮ ਕਰਦੇ ਪਏ ਲਾ ਤੁਹਾਡੀ ਵੀ ਤੁਸੀਂ ਸਾਰਾ ਟੱਬਰੋਂ ਮੇਕਰ ਨਰਮਾ ਚੁਕਾਇਆ ਕਰੋ ਸਾਡੇ ਪਰ ਮੰਗੋ। ਹਾਂ ਬਾਪੂ ਜੀ ਪਿਛਲੇ ਸਾਲ ਤਾਂ ਅਸੀਂ ਦੋਨੇ ਜੀ ਚਗਾਉਂਦੇ ਸੀ, ਐਤਕੀ ਦੇਖਦੀ ਹੈ ਮੈਂ ਘਰੇ ਗੱਲ ਕਰਕੇ, ਨਹੀਂ ਮੈਂ ਕੱਲੀ ਤਾਂ ਪੱਕਾ ਹੀ ਲੱਗ ਜੂੰਗੀ। ਚਲ ਮੈਨੂੰ ਉਹ ਦੱਸ ਦਿਓ, ਮੈਂ ਉਹ ਜਿਹੇ ਹਿਸਾਬ ਨਾਲ ਬੰਦੇ ਲਾਉਣੇ ਨਾ। ਠੀਕ ਹੈ ਬਾਪੂ ਜੀ। ਹਾਂਜੀ ਆਪਣਾ ਫਿਰ ਜੇ ਤੂੰ ਕੱਲੀ ਲੱਗੇਗੀ ਫਿਰ ਮੈਂ ਜਿਹੜਾ ਹੋਰ ਪੁੱਛਣਾ ਇੱਕ ਦੋ ਪੁੱਛਣਾ, ਜੇ ਤੁਸੀਂ ਦੋਵੇਂ ਲੱਗੋਗੇ ਫਿਰ ਮੈਂ ਉਧਰੋਂ ਘੱਟ ਪੁੱਛ ਲੂੰਗਾ। ਮੈਂ ਕੱਲੀ ਲੱਗੂਗੀ ਬਾਪੂ ਜੀ ਐਤਕੀ ਤਾਂ। ਤੇ ਇੱਕ ਗੱਲ ਬਾਪੂ ਜੀ ਮੈਂ ਹੋਰ ਕਰਨੀ ਸੀ, ਮੈਂ ਨਾ ਕੱਪੜਿਆਂ ਵਾਲੀ ਦੁਕਾਨ ਤੇ ਲੱਗੀ ਸੀ ਕੱਪੜੇ ਸਿਉਣ। ਅੱਛਾ। ਤੇ ਉੱਥੇ ਮੈਥੋਂ ਕਿਸੇ ਦੇ ਕੱਪੜੇ ਤੇ ਲੱਗ ਗਈ ਪ੍ਰੈਸ। ਅੱਛਾ। ਤੇ ਉਹ ਸ਼ੂਟ ਮੱਚ ਗਿਆ ਤੇ ਉਹ ਸੀਗਾ 3500 ਰੁਪਏ ਦਾ, ਤੇ ਉਹ ਜਿਹਦੇ ਉਹ ਕੱਪੜੇ ਸੀ ਤੇ ਉਹ ਸੀਗੇ ਗਗਨ, ਤੁਹਾਨੂੰ ਪਤਾ ਉਹਦਾ ਸੁਭਾਅ ਅੜਬ ਜਿਹਾ ਵਾਲਾ। ਅੱਛਾ। ਉਹ ਮੈਨੂੰ ਕਹਿੰਦੀ ਮੈਨੂੰ ਤਾਂ 3500 ਰੁਪਇਆ ਦੇ, ਤੇ ਹੁਣ ਨਾ ਤਾਂ ਮੇਰੇ ਕੋਲ 3500 ਰੁਪਇਆ ਹੀ ਆ ਵੀ ਮੈਂ ਉਹਨੂੰ ਦੇ ਦਾਂ,
ਤੇ ਨਹੀਂ ਕਹਿੰਦੀ ਫਿਰ ਮੂਹਰੇ ਦੀਵਾਲੀ ਆਉਂਦੀ ਆ ਕਹਿੰਦੀ ਸਾਡੇ ਘਰੇ ਤਾਂ ਦਿਨ ਰਾਤ ਮੀਂਹ ਹਨੇਰੀ ਜੋ ਮਰਜ਼ੀ ਹੋਵੇ ਵੀ ਬਾਹਲੀ ਕੁਛ ਉਹ ਮੈਨੂੰ ਬੋਲੀਆਂ ਹਰਪ੍ਰੀਤ ਤੇ ਗਗਨ ਕਹਿੰਦਾ ਸਾਡੇ ਦੋਨਾਂ ਘਰਾਂ ਚ ਤੈਨੂੰ ਸਾਰਾ ਕੰਮ ਗੋਹੇ ਕੂੜੇ ਤੋਂ ਲੈ ਕੇ ਕਰਕੇ ਜਾਣਾ ਪਿਆ ਕਰੂ ਮੈਂ ਤੁਹਾਨੂੰ ਐਂ ਰਿਕੁਐਸਟ ਕਰਦੀ ਸੀ ਬਾਪੂ ਜੀ ਜੇ ਤੁਸੀਂ ਮੈਨੂੰ 3500 ਰੁਪਏ ਦੇ ਦਿੰਦੇ ਮੈਂ ਉਹਨਾਂ ਦੇ ਪੈਸੇ ਮੋੜ ਦਿੰਦੀ ਤੁਹਾਡੇ ਨਰਮੇ ਤੇ ਲੱਗ ਕੋਈ ਤੂੰ ਤਾਂ ਐਂ ਗੱਲ ਇੱਕ ਦੋ ਦਿਨ ਤਾਂ ਖੜ ਜਾਣਗੇ ਉਹ ਐਂ ਤਾਂ ਖੜ ਜਾਣਗੇ ਬਾਪੂ ਐਂ ਨਾ ਮੈਂ ਮੂਰੇ ਹੁਣ ਕੱਲ ਨੂੰ ਦਿਖਿਆ ਇਤਵਾਰ ਹੈ ਠੀਕ ਵੀ ਮੈਂ ਸੋਮਵਾਰ ਮੰਗਲਵਾਰ ਤੱਕ ਮੰਡੀ ਜਾਊਂਗਾ ਜਿੱਥੇ 3500 ਪਾ 4000 ਲੈ ਲਈ ਭਾਈ 500 ਦਾ ਘਰੇ ਸਮਾਨ ਵੀ ਲਈ ਹੁਣ ਫਿਰ ਰੋਜ਼ ਤਾਂ ਨਹੀਂ 100-150 ਮੰਗੀ ਜਾਵੇਗੀ ਫਿਰ ਆਪਦਾ ਜਿੱਥੇ ਹੁਣ ਕੰਮ ਕੀ ਪਤਾ ਤੇਰਾ ਰੱਬ ਦੇ ਹੁਕਮ ਨਾਲ ਵਧੀਆ ਕੰਮ ਚੱਲੇ 10000 ਦਾ ਵੀ ਹੋ ਜਾਵੇ ਤੇਰਾ ਕੰਮ 15 ਦਾ ਵੀ ਹੋ ਜਾਵੇ ਜੇ ਦੋਵੇਂ ਜੀ ਲੱਗ ਜਾਂਦੇ ਤਾਂ ਭਾਈ 10-20000 ਦਾ ਕੰਮ ਵੀ ਹੋ ਜਾਂਦਾ ਤੁਹਾਡਾ ਦੋਵੇਂ ਜੀ ਲੱਗ ਨਰਮੇ ਚੰਗੇ ਨੂੰ ਸੁੱਕਣਾ ਹਾਂਜੀ ਲੱਗ ਤਾਂ ਜਾਂਦੇ ਬਾਪੂ ਜੀ ਉਹ ਕਦੇ ਕਦੇ ਆ ਜਾ ਕਰਨਗੇ ਮੇਰੇ ਨਾਲ ਚੱਲ ਕੋਈ ਮੈਨੂੰ ਤਾਂ ਇਹ ਕੋਈ ਗਿਲਾ ਨਹੀਂ ਹਾਂਜੀ ਉਹ ਨਾ ਐਤਕੀ ਉਹਨਾਂ ਨੇ ਉਹ ਜੈਬੀ ਕੀ ਸਬਜ਼ੀ ਜੀ ਬੀਜਣ ਲੱਗੇ ਅੱਛਾ ਅੱਛਾ ਸਬਜ਼ੀ ਲਾਈ ਉਹਨਾਂ ਦੇ ਹਾਂਜੀ ਸਬਜ਼ੀ ਲਾਈ ਆ ਤਾਂ ਕਰਕੇ ਉਹ ਕਦੇ ਕਦਾਈ ਆ ਜਾ ਕਰਦੇ ਨਹੀਂ ਚੱਲ ਉਹ ਵੀ ਲੋਟ ਆ ਜਿਹੜਾ ਉਹ ਤਾਂ ਸਬਜ਼ੀ ਦਾ ਕੰਮ ਨਾ ਉਹ ਜੋ ਵੀ 10 ਰੁਪਏ ਬਣਦੇ ਨੇ ਆਪਦਾ ਤੁਹਾਡਾ ਜਵਾਕ ਚੱਲੇ ਦਾ ਕੰਮ ਵਧੀਆ ਚੱਲੂਗਾ ਬਈ ਅੱਜ ਕੱਲ੍ਹ ਜਵਾਕਾਂ ਦੀਆਂ ਫੀਸਾਂ ਅੱਜ ਕੱਲ੍ਹ ਮਹਿੰਗਾਈ ਹੈ ਰੋਟੀ ਔਖੀ ਹੋ ਜਾਂਦੀ ਬਲਿਆ ਬਾਪੂ ਜੀ ਲਾਈ ਤਾਂ ਨਹੀਂ ਹੈਗੀ ਮੈਂ ਜਾਣ ਕੇ ਗੱਲ ਕਰੂ ਸਮਝਦੇ ਨੀ ਉਹਨਾਂ ਨੇ ਤਾਂ ਮੇਰਾ ਇੰਨਾ ਮਜ਼ਾਕ ਉਡਾਇਆ ਕਹਿੰਦਾ ਕਿ ਇੱਕ ਤਾਂ ਗਰੀਬ ਆ ਉੱਤੋਂ ਤੁਸੀਂ ਕਦੇ ਪਾ ਕੇ ਨੀ ਦੇਖੇ ਇਹ ਜੇ ਮਹਿੰਗੇ ਕੱਪੜੇ ਫਿਰ ਮੈਂ ਕਿਹਾ ਚਲੋ ਕੋਈ ਨੀ ਭੈਣੇ ਮੈਂ ਤਾਂ ਕਿਹਾ ਸੀ ਚਲੋ ਇਹ ਕੱਪੜੇ ਮੈਂ ਤੁਹਾਡਾ ਵੀ ਬਾਂਹ ਦੁਆਰੇ ਬਣਾ ਕੇ ਦੇ ਦਿੰਨੀ ਆ ਗੱਲ ਕਰੋ ਉਹ ਗੱਲਾਂ ਤੇ ਹੋ ਆਈਆਂ ਨੀ ਪਰ ਗੱਲ ਕਰ ਤੂੰ ਹੁਣ ਐ ਕਰੀ ਹਾਂਜੀ ਇਹ ਵੀ ਗੱਲ ਸੁਣ ਲੈ ਜੇ ਨਾ ਇਹ ਕਰਦਾ 3500 ਰੁਪਇਆ ਭਰਾਉਂਦੇ ਨੇ ਉਹ ਬਾਪੂ ਜੀ ਉਹ ਤਾਂ ਹੀ ਕਹਿੰਦੀਆਂ ਜਾਂ ਤਾਂ 3500 ਰੁਪਇਆ ਭਰ ਦੇ ਆਪਦੇ ਰੱਖ ਲੈ ਤੂੰ ਉਹਦੀ ਬਾਂਹ ਲਾ ਕੇ ਤੇਰੇ ਕੰਮ ਆਜੂਗਾ ਉਹਨਾਂ ਦਾ 3500 ਦੇ ਰੁਪਇਆ ਤੈਨੂੰ ਮੈਂ ਪਰਸੋਂ ਸੋਮਵਾਰ ਨੂੰ ਜਾਂ ਮੰਗਲਵਾਰ ਨੂੰ ਜੇ ਦੁਬਾਰੇ ਆਏ ਤੈਨੂੰ ਕਹਿਣ ਉਹਨਾਂ ਨੂੰ ਕਹਿੰਦੀ ਭਾਈ ਮੰਗਲਵਾਰ ਦਾ ਕਰਾ ਕਰ ਲਿਓ ਉਹਨਾਂ ਨਾਲ ਜੀ ਲਾ ਕੇ ਜੇ ਕੱਲ ਨੂੰ ਲੋਟ ਲੱਗਿਆ ਜਾਣ ਲੱਗਿਆ ਤਾਂ ਤੈਨੂੰ ਤਲਾ ਦੇਵਾਂਗੇ ਪਰਸੋਂ ਨੂੰ ਜਾਵਾਂਗੇ ਬੜਾ ਤਾਂ ਬਾਪੂ ਜੀ ਮੈਂ ਪਰਸੋਂ ਗੇੜਾ ਮਾਰ ਲੂ ਹਾਂ ਤੇ ਨਹੀਂ ਆਪਾਂ ਬੁੱਧਵਾਰ ਨੂੰ ਲੱਗਾਂਗੇ ਪੱਕਾ ਨਿਬੜੀਆਂ ਹੋ ਕੇ ਕੱਲੇ ਨਰਮੇ ਤੇ ਲੱਗ ਜਾਂਦੀਆਂ ਹਾਂਜੀ ਬਾਪੂ ਜੀ ਕੋਈ ਗੱਲ ਨੀ ਠੀਕ ਆ ਕੋਈ ਨੀ ਧੰਨਵਾਦ ਲੈ ਬੇਚਾਰੀ ਜਵਾਕ ਨੀ ਕੀ ਕਰੇ ਉਧਰ ਤੋਂ ਲੱਗ ਕੇ ਪਰ ਉਹ ਵੀ ਆਲਾ ਕੀ ਕਰੇ ਜੇ ਹੁਣ ਆਲੇ ਦਾ 2-4 ਹਜ਼ਾਰ ਦਾ ਲੀੜਾ ਖਰਾਬ ਹੋ ਗਿਆ ਉਹ ਪਰ ਉਹ ਐਂ ਸੀ ਚਲੋ ਇਹਨੇ ਕਿਹੜਾ ਜਾਣ ਕੇ ਲਾ ਦਿੱਤੇ ਪਚਾਦ ਲਾ ਦਿੰਦੇ ਨੂੰ ਤਾਂ ਸੀ ਚਲੋ ਜਿਹੜਾ ਕੋਈ ਪਰਮਾਤਮਾ ਨੂੰ ਚੰਗਾ ਲੱਗਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇੱਕ ਗੱਲ ਹੋਰ ਜੀ ਤੁਸੀਂ ਵੀਡੀਓ ਵੀ ਦੇਖਦੇ ਹੋ ਚੈਨਲ ਤੇ ਵੀ ਆਉਂਦੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਪਲੀਜ਼ ਰਿਕੁਐਸਟ ਹੈ ਜੀ ਬਹੁਤ ਜ਼ਿਆਦਾ ਵੀਡੀਓ 'ਤੇ ਮਿਹਨਤ ਲੱਗਦੀ ਹੈ ਜੇ ਵੀਡੀਓ ਦੇਖਣ ਆਉਂਦੇ ਹੁੰਦੇ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਆਪਣੇ ਯਾਰਾਂ ਦੋਸਤਾਂ ਵਿੱਚ ਜਾਂ ਰਿਸ਼ਤੇਦਾਰਾਂ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਹੜੀ ਨਾਲ ਬੈਲ ਆ ਉਹਨੂੰ ਜ਼ਰੂਰ ਦਬਾ ਲਿਆ ਕਰੋ ਫਿਰ ਹੀ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਊਗਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ